ਦੇਖੋ ਅੱਜ ਤੇ ਮੈਂ ਚਾਰਜ ਹੀ ਲਿਆ ਸੋ ਇੱਕ ਦੋ ਦਿਨ ਦੇ ਵਿੱਚ ਮੈਂ ਮੀਟਿੰਗ ਬੁਲਾਉਂਗਾ ਸਾਰੇ ਅਫਸਰ ਦੀ ਜਿੰਨੇ ਵੀ ਮੇਰੇ ਕੋਲ ਤਿੰਨ ਡਿਪਾਰਟਮੈਂਟ ਨੇ ਸਭ ਕੋ ਜਿਹੜਾ ਡਿਪਾਰਟਮੈਂਟ ਐਜੂਕੇਸ਼ਨ ਦਾ ਜਿਹਦੇ 'ਚ ਤੁਹਾਨੂੰ ਵੀ ਪਤਾ ਸੋ ਮੈਂ ਸਟੱਡੀ ਕਰੂੰਗਾ ਉਸ ਤੋਂ ਬਾਅਦ ਤੁਹਾਨੂੰ ਬੁਲਾਵਾਂਗੇ ਫਿਰ ਤੁਹਾਡੇ ਨਾਲ ਡਿਸਕਸ ਕਰਾਂਗੇ ਜਿਹੜੀਆਂ ਵੀ ਕੋਈ ਮੁਸ਼ਕਲਾਂ ਨੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਦੇਖੋ ਗੱਲ ਆ ਤੁਸੀਂ ਵੇਖੋ ਅੱਜ ਹੀ ਤੁਸੀਂ ਅਖਬਾਰਾਂ ਸਾਡਾ 12ਵੀਂ ਦਾ ਰਿਜ਼ਲਟ ਡਿਕਲੇਅਰ ਹੋਇਆ ਲੀਕ ਹੋਇਆ ਰਿਜ਼ਲਟ ਆਇਆ ਅਖਬਾਰਾਂ 'ਚ ਤੁਸੀਂ ਵੀ ਪੜ੍ਹਿਆ ਸਾਰਿਆਂ ਨੇ ਸੋ ਸਾਰਾ ਸਿਸਟਮ ਜਿਹੜਾ ਉਹ ਠੀਕ ਕਰਾਂਗੇ ਕੋਈ ਸਾਨੂੰ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਬੜਾ ਵੱਡਾ ਚੈਲੇਂਜ ਆ ਅਸੀਂ ਕਬੂਲ ਕਰਾਂਗੇ ਇਹਨੂੰ ਡਟ ਕੇ ਫੇਸ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਰਹਿ ਨਹੀਂ ਦਿਆਂਗੇ ਕੈਪਟਨ ਸਾਹਿਬ ਸਾਡੇ ਚੀਫ ਮਿਨਿਸਟਰ ਨੇ ਉਹਨਾਂ ਦੀ ਜਿਹੜੀ ਆ ਅਗਵਾਈ 'ਚ ਸਾਰਾ ਸਿਸਟਮ ਠੀਕ ਕਰਾਂਗੇ ਅਸੀਂ